ਕੱਲ ਵੀ ਹਮਲਾ ਹੋਇਆ, ਉਹਦੇ ਬਾਅਦ ਕਿੰਨੇ ਵਜੇ 751 ਦਾ ਪਰਚਾ ਉਹਨਾਂ ਨੇ ਪਾਤਾ। ਹਾਈਕੋਰਟ ਤੋਂ ਡਾਇਰੈਕਸ਼ਨ ਕਰਾਈ ਤੇ ਡਾਇਰੈਕਸ਼ਨ ਦੇ ਬਾਅਦ ਥਾਣੇ ਵਾਲੇ ਕੀ ਕਹਿੰਦੇ, ਤੂੰ ਭਾਵੇਂ ਹਾਈਕੋਰਟ ਭੱਜ ਲੈ, ਕੋਰਟ ਭੱਜ ਲੈ, ਕਮਿਸ਼ਨਰ ਕੋਲ ਫਸ ਲੈ, ਭਾਵੇਂ ਤੂੰ ਭਗਵੰਤ ਮਾਨ ਕੋਲ ਫਸ ਲੈ, ਭਗਵੰਤ ਮਾਨ ਦੀ ਵੀ ਆਰਡਰ ਆਏ ਨੇ। ਹਾਂਜੀ, ਜੋ ਉਹਨਾਂ ਨੇ ਤੇ ਆਰਡਰ ਕਰਨੇ ਆ, ਕੰਮ ਤੇ ਅਸੀਂ ਕਰਨਾ, ਕਾਰਵਾਈ ਨਹੀਂ ਹੋ ਰਹੀ। ਉੱਤੋਂ ਮੁੰਡਿਆਂ ਤੇ ਹਮਲੇ ਹੋ ਰਹੇ ਆ, ਮੋਤੀ ਨਗਰ ਥਾਣੇ ਚੀਮਾ ਚੌਕ ਤੇ ਮੇਰੇ ਮੁੰਡੇ ਤੇ ਫਿਰ ਹਮਲਾ ਹੋਇਆ। ਅਸੀਂ ਪੈਸੇ ਦੀ ਇਨਸਾਫ ਨਹੀਂ ਮੰਗਦੇ, ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਣ, ਫਿਰ ਟੋਕ ਕੇ ਮਾਰੇ ਗਏ। ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਠਾ ਹੈ ਬਜ਼ੁਰਗ ਜੋੜਾ, ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ, ਤਰਲੇ ਲੈ ਰਿਹਾ ਹੈ ਕਿ ਉਹਨਾਂ ਦੀ ਸੁਣਵਾਈ ਕੀਤੀ ਜਾਏ। ਦਰਅਸਲ ਇਸ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜੁਆਰੀਆਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ, ਜਿਸ ਤੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਜੁਆਰੀਆਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ। ਇੰਨਾ ਹੀ ਨਹੀਂ, ਉਹਨਾਂ ਦੇ ਪੁੱਤ ਨੂੰ ਇੱਕ ਵਾਰ ਅਗਵਾ ਵੀ ਕੀਤਾ ਗਿਆ, ਜਿਸ ਨੂੰ ਲੈ ਕੇ ਇਸ ਬਜ਼ੁਰਗ ਦੇ ਵੱਲੋਂ ਸ਼ਿਕਾਇਤ ਕੀਤੀ ਗਈ, ਪਰ ਉਦੋਂ ਵੀ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਫਿਰ ਇਸ ਬਜ਼ੁਰਗ ਦੇ ਵੱਲੋਂ ਇਸੇ ਹੀ ਦਫ਼ਤਰ ਦੇ ਬਾਹਰ ਇੱਕ ਵਾਰ ਜ਼ਹਿਰ ਵੀ ਨਿਕਲਿਆ ਗਿਆ, ਜਿਸ ਤੋਂ ਬਾਅਦ ਉਹ ਜ਼ੇਰੇ ਇਲਾਜ ਰਹੇ, ਪਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਜੂਏ ਦੇ ਵਿੱਚ 50 ਲੱਖ ਰੁਪਏ ਹਾਰ ਗਿਆ ਸੀ, ਜੋ ਉਹਨਾਂ ਨੇ ਆਪਣਾ ਘਰ ਬਾਰ ਵੇਚ ਕੇ ਚੁਕਾ ਦਿੱਤਾ ਹੈ, ਪਰ ਜਦੋਂ ਪੁੱਤ ਜਿੱਤਿਆ ਤਾਂ ਜੁਆਰੀਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਪੁੱਤ ਨੂੰ ਕਿਡਨੈਪ ਵੀ ਕੀਤਾ, ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸੇ ਲਈ ਉਹਨਾਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਹੈ ਤੇ ਸਾਫ਼ ਕਿਹਾ ਗਿਆ ਹੈ ਕਿ ਜਦ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਸੰਘਰਸ਼ ਕੀਤਾ ਜਾਏਗਾ। ਹਾਲਾਂਕਿ ਸਾਰਾ ਹੰਗਾਮਾ ਦੇਖਣ ਤੋਂ ਬਾਅਦ ਸੀਨੀਅਰ ਅਧਿਕਾਰੀ ਬਾਹਰ ਆਉਂਦੇ ਨੇ ਤੇ ਉਹਨਾਂ ਬਜ਼ੁਰਗ ਜੋੜੇ ਨੂੰ ਦਫ਼ਤਰ ਦੇ ਅੰਦਰ ਲੈ ਜਾਂਦੇ ਨੇ ਗੱਲਬਾਤ ਕਰਨ ਦੇ ਲਈ। ਇਹ ਤਸਵੀਰਾਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਨੇ, ਜਿੱਥੇ ਇਸ ਬਜ਼ੁਰਗ ਜੋੜੇ ਦੇ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ ਤੇ ਫਿਰ ਸੀਨੀਅਰ ਅਧਿਕਾਰੀ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਦੀ ਗੱਲਬਾਤ ਸੁਣਨ ਦੇ ਲਈ ਇਹਨਾਂ ਨੂੰ ਦਫ਼ਤਰ ਦੇ ਅੰਦਰ ਲੈ ਗਏ। ਅੱਜ ਕੱਲ ਵੀ ਹਮਲਾ ਹੋਇਆ, ਉਹਦੇ ਬਾਅਦ ਕਿੰਨੇ ਵਜੇ 751 ਦਾ ਪਰਚਾ ਉਹਨਾਂ ਨੇ ਪਾਤਾ, 751 ਦਾ ਪਰਚਾ ਪਾਇਆ। ਉਹਦੇ ਬਾਅਦ ਫਿਰ ਅਸੀਂ ਹਾਈਕੋਰਟ ਗਏ, ਹਾਈਕੋਰਟ ਤੋਂ ਡਾਇਰੈਕਸ਼ਨ ਕਰਾਈ ਤੇ ਡਾਇਰੈਕਸ਼ਨ ਦੇ ਬਾਅਦ ਥਾਣੇ ਵਾਲੇ ਕੀ ਕਹਿੰਦੇ, ਤੂੰ ਭਾਵੇਂ ਹਾਈਕੋਰਟ ਭੱਜ ਲੈ, ਕੋਰਟ ਭੱਜ ਲੈ, ਕਮਿਸ਼ਨਰ ਕੋਲ ਫਸ ਲੈ, ਭਾਵੇਂ ਤੂੰ ਭਗਵੰਤ ਮਾਨ ਕੋਲ ਫਸ ਲੈ, ਭਗਵੰਤ ਮਾਨ ਦੀ ਵੀ ਆਰਡਰ ਆਏ ਨੇ। ਹਾਂਜੀ, ਜੋ ਉਹਨਾਂ ਨੇ ਤੇ ਆਰਡਰ ਕਰਨੇ ਆ, ਕੰਮ ਤੇ ਅਸੀਂ ਕਰਨਾ ਹੈ। ਕਾਰਵਾਈ ਨਹੀਂ ਹੋ ਰਹੀ, ਉੱਤੋਂ ਮੁੰਡਿਆਂ ਤੇ ਹਮਲੇ ਹੋ ਰਹੇ ਆ, ਮੋਤੀ ਨਗਰ ਥਾਣੇ ਚੀਮਾ ਚੌਕ ਤੇ ਮੇਰੇ ਮੁੰਡੇ ਤੇ ਫਿਰ ਹਮਲਾ ਹੋਇਆ। ਉੱਥੇ ਮੋਟਰਸਾਈਕਲ ਖੋਇਆ ਗਿਆ, 1,26,000 ਰੁਪਏ ਖੋਇਆ ਗਿਆ, ਟੋਕੇ ਮਾਰੇ ਗਏ। ਮੁੰਡਾ 45 ਲੱਖ ਰੁਪਈਆ, ਅਸੀਂ ਪੈਸੇ ਦੀ ਇਨਸਾਫ਼ ਨਹੀਂ ਮੰਗਦੇ, ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਣ, ਫਿਰ ਟੋਕੇ ਮਾਰੇ ਗਏ। ਅਸੀਂ ਜਦੋਂ ਥਾਣੇ ਉੱਥੇ ਮੈਡੀਕਲ ਕਰਾਉਣ ਗਏ ਤੇ ਮੈਡੀਕਲ ਹਸਪਤਾਲ 'ਚ ਉਹਨਾਂ ਨੇ ਹਮਲਾ ਕਰਤਾ, ਅਸੀਂ 112 ਨੰਬਰ 'ਤੇ ਫੋਨ ਕੀਤਾ, ਉੱਥੋਂ PCR ਆਈ, ਉਹ ਸਾਨੂੰ ਘਰ ਛੱਡ ਕੇ।